ਸ਼ਿਮਲਾ ਦੇ ਵਿੱਚ ਤਬਾਹੀ ਦਾ ਮੰਜ਼ਰ ਤਬਾਹੀ ਦੀ ਵੀਡੀਓ ਸਾਹਮਣੇ ਆ ਰਹੀ ਹੈ ਸ਼ਿਮਲਾ ਦੇ ਵਿੱਚ ਇੱਕ ਚਾਰ ਮੰਜ਼ਿਲਾ ਇਮਾਰਤ ਡਿੱਗੀ ਹੈ ਜਿਸ ਦੇ ਵਿੱਚ ਬੈਂਕ ਟਾਬਾ ਵੀ ਸੀ ਚਾਰ ਮੰਜ਼ਿਲਾ ਇਮਾਰਤ ਅਜੇ ਕਿੰਨੇ ਲੋਕ ਇਸ ਬਿਲਡਿੰਗ ਦੇ ਵਿੱਚ ਮੌਜੂਦ ਸੀ ਕਿੰਨੇ ਲੋਕ ਮਲਬਾ ਹਿੱਟਾ ਫਸੇ ਹੋਏ ਨੇ ਇਸ ਬਾਰੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਬਚਾਅ ਕਾਰਜ ਜਾਰੀ ਹੈ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਸ਼ਿਮਲਾ ਦੀਆਂ ਆਲੀ ਦੇ ਵਿੱਚ ਮਨਿਕਰਨ ਸਾਹਿਬ ਦੇ ਵਿੱਚ ਬਦਲ ਫਟਦਾ ਹੈ ਜਿਸ ਦੇ ਵਿੱਚ ਕਈ ਬਹੁਤ ਵੱਡਾ ਨੁਕਸਾਨ ਹੁੰਦਾ ਹੈ ਕਈ ਲੋਕ ਵੀ ਫਸ ਜਾਂਦੇ ਨੇ ਔਰ ਉਸ ਤੋਂ ਬਾਅਦ Shimla ਦੇ ਵਿੱਚ ਇੱਕ landslide ਵੀ ਹੁੰਦੀ ਔਰ ਫਿਰ ਇੱਕ ਤਬਾਹੀ ਭਰੀ ਵੀਡੀਓ ਸਾਹਮਣੇ ਆ ਰਹੀ ਹੈ ਚਾਰ ਮੰਜ਼िला ਇਮਾਰਤ ਡਿੱਗੀ ਹੈ ਕੁਝ ਹੀ ਸਕਿੰਟਾਂ ਦੇ ਵਿੱਚ ਡਿੱਗ ਜਾਂਦੀ ਔਰ ਤਸਵੀਰਾਂ ਦੇਖੋਗੇ ਤੁਹਾਡੇ ਹੋਸ਼ ਛੁੱਟ ਜਾਣਗੇ ਤਸਵੀਰਾਂ ਦੇਖੋਗੇ ਚਾਰ ਮੰਜ਼ਿਲਾ ਇਮਾਰਤ Shimla ਦੇ ਵਿੱਚ ਡਿੱਗੀ ਹੈ ਜਿਸ ਦੇ ਵਿੱਚ ਬੈਂਕ ਸੀ ਢਾਬਾ ਵੀ ਸੀ ਔਰ ਇਸ ਢਾਬੇ ਦੇ ਵਿੱਚ ਕਿੰਨੇ ਵਰਕਰ ਸੀ ਬੈਂਕ ਦੇ ਵਿੱਚ ਕਿੰਨੇ ਲੋਕ ਮੌਜੂਦ ਸੀ ਕੀ ਕੋਈ ਟੂਰਿਸਟ ਵੀ ਸੀ ਜੋ ਇੱਥੇ ਪਹੁੰਚੇ ਹੋਏ ਸੀ ਜਾਂ ਨਹੀਂ ਤੇ ਇਸ ਬਾਰੇ ਅਜੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਕਿੰਨੇ ਲੋਕ ਮਲਬੇ ਹੇਠਾਂ ਦਬੇ ਹੋਏ ਨੇ ਇਸ ਦੇ ਬਾਰੇ ਵੀ ਕੁਝ ਪਤਾ ਨਹੀਂ ਲੱਗ ਪਾਇਆ ਕੋਈ ਜਾਨੀ ਨੁਕਸਾਨ ਹੋਇਆ ਤਾਂ ਨਹੀਂ ਇਸ ਬਾਰੇ ਕੋਈ ਜਾਣਕਾਰੀ ਅਜੇ ਸਾਹਮਣੇ ਨਹੀਂ ਆਈ ਹੈ ਪਰ ਤਸਵੀਰਾਂ ਬੇਅਦਖੌਫਨਾਕ ਤਬਾਹੀ ਭਰੀ ਵੀਡੀਓ ਤੁਹਾਨੂੰ Shimla ਦੀ ਦਿਖਾ ਰਹੀ ਆ ਪਹਿਲੇ ਬੀਤੇ ਦਿਨੀ ਲੈਂਡਸਲਾਈਡ ਹੁੰਦੀ ਹੈ Shimla ਦੇ ਵਿੱਚ ਜਿਸ ਵਿੱਚ ਇੱਕ ਛੋਟੀ ਬੱਚੀ ਦੀ ਜਾਨ ਚਲੀ ਜਾਂਦੀ ਹੈ 14 ਸਾਲਾਂ ਦੀ ਬੱਚੀ ਦੀ ਜਾਨ ਚਲੀ ਜਾਂਦੀ ਹੈ ਮਨੀਕਰਨ ਸਾਹਿਬ ਵਿਖੇ ਬੱਦਲ ਫਟਦਾ ਔਰ ਇੱਕ ਵਾਰ ਫੇਰ Shimla ਤੋਂ ਤਬਾਹੀ ਦਾ ਮੰਜ਼ਰ ਤਬਾਹੀ ਭਰੀ ਵੀਡੀਓ ਸਾਹਮਣੇ ਆ ਰਹੀ ਹੈ ਇਹ ਕੋਫਨਕ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ Shimla ਦੀਆਂ ਜਿੱਥੇ ਇੱਕ 4 ਮੰਜ਼ਿਲਾ ਇਮਾਰਤ ਡਿੱਗੀ ਹੈ 4 ਮੰਜ਼ਿਲਾ ਇਮਾਰਤ ਡਿੱਗੀ ਹੈ ਜਿਸ ਦੇ ਵਿੱਚ ਹਜੇ ਨਹੀਂ ਪਤਾ ਚੱਲ ਪਾਇਆ ਕਿ ਕਿੰਨੇ ਲੋਕ ਬੈਠੇ ਹੋਏ ਸੀ ਕਿਉਂਕਿ ਢਾਬਾ ਵੀ ਸੀ ਬੈਂਕ ਵੀ ਸੀ ਢਾਬਾ ਸੀ ਤਾਂ ਮਤਲਬ ਬਹੁਤ ਜਾਇਜ਼ ਹੈ ਬਹੁਤ ਸੁਭਾਵਿਕ ਹੈ ਕਿ ਲੋਕ ਵੀ ਮੌਜੂਦ ਹੋਣਗੇ ਕਰਮਚਾਰੀ ਵੀ ਹੋਣਗੇ ਟੂਰਿਸਟ ਵੀ ਹੋ ਸਕਦੇ ਨੇ ਬੈਂਕ ਸੀ ਤਾਂ ਕਈ ਲੋਕ ਉੱਥੇ ਪੈਸੇ ਦੀ ਲੈਣ ਦੇਣ ਲਈ ਵੀ ਪਹੁੰਚ ਸਕਦੇ ਨੇ ਤਾਂ आखिर कितने लोग ਸੀ ਕਿੰਨੇ ਲੋਕ ਫਸੇ ਹੋਏ ਨੇ ਇਸ ਬਾਰੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਜਲਦ ਇਸ ਤੇ ਜਾਣਕਾਰੀ ਕੋਈ ਅਪਡੇਟ ਆਏਗਾ ਤੁਹਾਡੇ ਨਾਲ ਸਾਂਝਾ ਜ਼ਰੂਰ ਕਰਾਂਗੇ ਪਰ ਇਹ ਤੁਸੀਂ ਦੇਖੋ ਤਬਾਹੀ ਭਰੀ ਵੀਡੀਓ ਕੁਝ ਹੀ ਸਕਿੰਟ ਔਰ ਕਿਸ ਤਰੀਕੇ ਦੇ ਨਾਲ ਇਹ ਪੂਰੀ ਇਮਾਰਤ ਢਹਡੇਰੀ ਹੋ ਜਾਂਦੀ ਹੈ ਡਿੱਗ ਜਾਂਦੀ ਹੈ ਚਾਰ ਮੰਜ਼ਿਲਾ ਇਮਾਰਤ ਜਿਸ ਦੇ ਵਿੱਚ ਬੈਂਕ ਵੀ ਸੀ ਢਾਬਾ ਵੀ ਸੀ ਔਰ ਹੜਬੜੀ ਮਰ ਜਾਂਦੀ ਹੈ ਤਸਵੀਰਾਂ ਤੁਸੀਂ ਦੇਖੋ ਕੁਝ ਹੀ ਸਕਿੰਟ ਔਰ ਕਿਸ ਤਰੀਕੇ ਦੇ ਨਾਲ ਇਮਾਰਤ ਡਿੱਗ ਜਾਂਦੀ ਹੈ ਚਾਰ ਮੰਜ਼ਿਲਾ ਇਮਾਰਤ ਤੇ ਬਿਲਡਿੰਗ ਕਿਸ ਤਰ੍ਹਾਂ ਕੋਲਾਪਸ ਹੋ ਜਾਂਦੀ ਹੈ ਕੁਝ ਮਿੰਟ ਲੱਗਦੇ ਨੇ ਔਰ ਹਰ ਪਾਸੇ ਧੂਆ ਹੀ ਧੂਆ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਇਸ ਬਾਰੇ ਤੁਹਾਨੂੰ ਜ਼ਰੂਰ ਦੱਸਾਂਗੇ ਅਜੇ ਇਸ ਬਾਰੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਪਰ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਕੁਝ ਹੀ ਸਕਿੰਟ ਔਰ ਕਿਸ ਤਰੀਕੇ ਦੇ ਨਾਲ ਪੂਰੀ ਇਮਾਰਤ ਡਿੱਗ ਜਾਂਦੀ ਹੈ Shimla ਦੇ Chopal ਦੀ ਇਹ ਵੀਡੀਓ ਦੱਸੀ ਜਾ ਰਹੀ ਹੈ Shimla ਦੇ Chopal ਦੇ ਵਿੱਚ ਦੇਖਦੇ ਹੀ ਦੇਖਦੇ ਉਝੇ ਸਕਿੰਟਾਂ ਦੇ ਵਿੱਚ ਤਾਸ਼ ਦੇ ਪੱਤਿਆਂ ਦੀ ਤਰ੍ਹਾਂ ਇੱਕ ਬਿਲਡਿੰਗ ਪੂਰੇ ਤਰੀਕੇ ਦੇ ਨਾਲ ਵਿਖਰ ਜਾਂਦੀ ਹੈ ਬਿਲਡਿੰਗ ਦੇ ਵਿੱਚ ਇੱਕ ਹੋਟਲ ਸੀ ਇੱਕ ਬੈਂਕ ਵੀ ਸੀ ਹਾਲਾਂਕਿ ਇਹ ਵੀ ਦੱਸਿਆ ਜਾ ਰਿਹਾ ਕਿ ਅੱਜ ਬੈਂਕ ਬੰਦ ਸੀ ਤਾਂ ਬੈਂਕ ਬੰਦ ਸੀ ਪਰ ਇੱਕ ਹੋਟਲ ਵੀ ਸੀ ਤਾਂ ਹੋ ਸਕਦਾ ਹੈ ਕਿ ਕਈ ਲੋਕ ਇੱਥੇ ਪਹੁੰਚੇ ਵੀ ਹੋਣਗੇ ਹੋਟਲ ਦੇ ਵਿੱਚ ਜੋ ਲੋਕ ਕੰਮਕਾਜ ਕਰਦੇ ਨੇ ਉਹ ਤਾਂ ਜ਼ਰੂਰ ਮੌਜੂਦ ਹੋਣਗੇ ਪਰ ਕਈ ਟੂਰਿਸਟ ਵੀ ਹੋ ਸਕਦੇ ਨੇ ਤਾਂ Shimla ਦੇ Chowpal ਦੀ ਇਹ ਵੀਡੀਓ ਦੱਸੀ ਜਾ ਰਹੀ ਹੈ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਅਜਿਹਾ ਸਮਾਂ ਹੈ ਜਿੱਥੇ ਟੂਰਿਸਟ ਬਹੁਤ ਜ਼ਿਆਦਾ ਜਾਂਦੇ ਨੇ ਹਿੱਲ ਸਟੇਸ਼ਨਸ ਵੱਲ ਨੂੰ ਟੂਰਿਸਟ ਬਹੁਤ ਜਾਂਦੇ ਨੇ ਜੂਨ ਜੁਲਾਈ ਸਭ ਤੋਂ ਵੱਧ ਟੂਰਿਸਟ ਦਾ ਮਹੀਨਾ ਰਹਿੰਦਾ ਹੈ ਨਾ ਹਿੱਲ ਸਟੇਸ਼ਨਸ ਦੇ ਵਿੱਚ ਔਰ ਤੁਸੀਂ ਦੇਖੋ ਕਿਸ ਤਰੀਕੇ ਦੇ ਨਾਲ ਕੁਝ ਹੀ ਸਕਿੰਟਾਂ ਦੇ ਵਿੱਚ ਟੈਡੇਰੀ ਹੋ ਜਾਂਦੀ ਹੈ ਪੂਰੀ ਬਿਲਡਿੰਗ ਚਾਰ ਮੰਜ਼ਿਲਾ ਇਮਾਰਤ ਕੋਲਾਪਸ ਹੋ ਜਾਂਦੀ ਹੈ ਔਰ ਇਹ ਦੱਸਿਆ ਜਾ ਰਿਹਾ ਹੈ ਕਿ ਭਾਰੀ ਬਾਰਿਸ਼ ਦੇ ਕਾਰਨ ਅਜਿਹਾ ਹੋਇਆ ਹੈ ਜ਼ਮੀਨ ਦੇ ਵਿੱਚ ਸਮਾਜ ਜਾਂਦੀ ਹੈ ਬਿਲਡਿੰਗ ਹਿਮਾਚਲ ਪ੍ਰਦੇਸ਼ ਦੇ Shimla ਦੀ ਇਹ ਵੀਡੀਓ ਹੈ ਚੋਪਾਲ ਦੇ ਵਿੱਚ ਇਹ ਹੱਦਸਾ ਵਾਪਰਿਆ ਹੈ। ਔਰ ਜਿਸ ਦੇ ਵਿੱਚ ਇੱਕ ਬੈਂਕ ਔਰ ਇੱਕ ਹੋਟਲ ਵੀ ਸਥਿਤ ਸੀ। ਤਾਂ ਬੈਂਕ ਔਰ ਹੋਟਲ ਵੀ ਸੀ ਇਸ ਬਿਲਡਿੰਗ ਦੇ ਵਿੱਚ ਔਰ ਤੁਸੀਂ ਦੇਖੋ ਕੁਝ ਹੀ ਸਕਿੰਟ ਲੱਗੇ ਔਰ ਕਿਸ ਤਰੀਕੇ ਦੇ ਨਾਲ ਇਹ ਪੂਰੀ ਇਮਾਰਤ ਡਿੱਗਦੀ ਹੈ। ਚਾਰ ਮੰਜ਼ਿਲਾ ਇਮਾਰਤ ਡਿੱਗ ਜਾਂਦੀ ਹੈ। Shimla ਦੀ ਇਹ ਵੀਡੀਓ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ।